जिला जलंधर सी इंडिया जे हां जिला जलंधर हां जलंधर और बार दो बोलियां जिला जलंधर तो सी नवा शहर हां जी सोना भाईजान पिंड करियाम हां पिंड करियाम ओए ए उदों दी गल्ला जदों पाकिस्तान नहीं सी बणया ओ पिंड दे मोरे पिपल थाना कबरां खड़ियां नजर दी होगी शायद मैं करांची गया और जिते खाला पैनिया उपर उठे एक बंदा बैठा हो गया वो कह लगा कि कितों आया मैं क्या इतों आया हरी मजार खां थोड़ा पिंड कि मैं क्या करियाम कहना हूँ करियाम नहीं पछाण सकते वो बंदा कह लगा मैं करांची आला कहना मैं गया था वो जाके कितने जी कितने जा पूछा ਤੁਸੀਂ ਕਹਿਣਾ ਇੱਦਾਂ ਸੀਗਾ ਉਹ ਹੋਰ ਤਰ੍ਹਾਂ ਹੋਇਆ ਹੁਣ ਹੁਣ ਅਸੀਂ ਨਹੀਂ ਪਛਾਣ ਸਕਦੇ ਇੰਡੀਆ ਚੋਂ ਹਾਂ ਹਾਂ ਲੱਖਾਂ ਹੀ ਸੀ ਦੁਨੀਆ ਸਾਰੀ ਅੱਛਾ ਤੈਨੂੰ ਮੈਂ ਨੇੜੇ ਮਿਸਾਲ ਦੱਸਦਾ ਕਰਾਂਚੀ ਤੇ ਲਾ ਕੇ ਲਾਹੌਰ ਤੇ ਕਰਨਾ ਸਾਰੀ ਦੁਨੀਆ ਨੂੰ ਉੱਠਣਾ ਹੋਵੇ ਇੱਦਾਂ ਸੀ ਹਾਂ ਸਾਡਾ ਬਾਪ ਤਾਂ ਇੰਡੀਆ 'ਚ ਫੌਤ ਹੋ ਗਿਆ ਸਰ ਆਉਂਦਿਆਂ ਤੇ ਨਾ ਪਿੰਡੋਂ 12 ਮੀਲ ਆਏ ਹਾਂ ਉੱਠ ਕੇ ਉਹ ਚਰਾਹ ਦੇ ਵਿੱਚ ਫੌਤ ਹੋ ਗਿਆ ਉਦੋਂ ਉੱਥੇ ਉਹਨੂੰ ਪਤਾ ਹੀ ਨਹੀਂ ਇੱਧਰ ਦਾ ਸਾਡੀ ਮਾਈ ਸੀਗੀ ਉਹ ਸੀਗੀ ਸਾਡੇ ਨਾਲ ਫਿਰ ਚਲੇ ਗਿਆ ਸਿੰਧ ਹੈਦਰਾਬਾਦ ਤੇ ਇੱਧਰ ਨੂੰ ਜਾਂਦੀ ਗੱਡੀ ਮੀਰਪੁਰ ਖਾਸ ਉੱਧਰ ਨੂੰ ਉੱਥੇ ਅਸੀਂ ਨਾ ਨੌ ਸਾਲ ਅੱਠ ਨੌ ਘਰ ਸੀ ਕੁਛ ਦੁਪਾਰ ਦੁਪਾਰ ਫਿਰ ਉਹ ਦੁਪਾਰ ਫੜਦੇ ਸੀ ਬੰਦੇ ਆਪਣੇ ਉਹ ਉੱਧਰ ਨਹੀਂ ਚਲੇ ਗਏ ਫਿਰ ਮੈਂ ਇੱਥੇ ਇਕੱਲਾ ਹੀ ਆਇਆ ਸੀ ਇੱਥੇ ਨਹੀਂ ਪਹਿਲਾਂ ਮੈਂ ਕਿਹਾ ਪਤਾ ਤਾਂ ਕਰਾਂ ਅੱਗੇ ਸਾਡਾ ਤਾਇਆ ਇੱਥੇ ਪਿਆ ਹੁੰਦਾ ਉਹ ਜਿੱਥੇ ਹੁਣ ਸਾਡਾ ਘਰ ਆ ਜਦ ਤਾਂ ਨੀਮਾ ਖੂਹ ਜਿਹਾ ਸਾ ਅਤੇ ਮੇਰੇ ਅੱਗੇ ਆ ਕਹਿੰਦਾ ਕਿ ਤੂੰ ਕਿੱਦਾਂ ਆਇਆ ਮੈਂ ਤਾਇਆ ਉਹਦੀ ਤੈਨੂੰ ਮਿਲਣਾ ਆਇਆ ਉਹ ਸੋਚ ਕੇ ਕਹਿਣ ਲੱਗਾ ਜਿਹਦੀ ਕਬਰ ਵਾ ਉਹ ਮੈਨੂੰ ਸੋਚ ਕੇ ਕਹਿਣ ਲੱਗਾ ਕਿ ਇਵੇਂ ਕਰ ਸਾਰੀ ਜ਼ਿੰਦਗੀ ਤੁਸੀਂ ਉੱਥੇ ਨਹੀਂ ਰਹਿ ਸਕਦੇ ਜੇ ਕਹੋ ਨਾ ਤਾਂ ਅਸੀਂ ਉੱਥੇ ਚੰਗੇ ਹਾਂ ਚੰਗੇ ਚੰਗੇ ਨਹੀਂ ਰਹੇ ਇੰਨਾ ਚਿਰ ਨਹੀਂ ਰਹਿ ਸਕਦੇ ਉਹ ਲੰਬੀ ਸੋਚ ਸੋਚੀ ਸਹੀ ਮੈਂ ਸੋਚਿਆ ਮੈਂ ਗੱਲ ਦੱਸੀ ਤੁਸੀਂ ਆਪਣੀ ਜ਼ਮੀਨ ਵੀ ਪਵਾ ਦਿਓ ਮੇਰੇ ਵਾਲੀ ਵੀ ਲੈ ਦਿਓ ਇੱਥੇ ਆ ਜਾਓ ਮੈਂ ਕਿਹਾ ਤਾਇਆ ਬਿਲਕੁਲ ਠੀਕ ਆ ਬੜਾ ਖੁਸ਼ ਹੋ ਗਿਆ ਅਤੇ ਮੇਰੀ ਗੱਲ ਮੰਨ ਲਓ ਆਪਣੇ ਨਾਲ ਆ ਰਿਹਾ ਹਾਂ ਅਤੇ ਮੈਂ ਫਿਰ 4 ਮਿੰਟ ਰਹਿ ਕੇ ਫਿਰ ਚਲਾ ਗਿਆ ਇਹ ਬਾਬੇ ਆਪਣੇ ਬਾਬੇ ਨੂਰੇ ਵਾਲੇ ਇਹਨਾਂ ਨਾਲ ਚਸ ਜ਼ਿਆਦਾ ਹੁੰਦੀ ਹੈ ਫਿਰ ਮੈਂ ਜਾ ਕੇ ਗੱਲ ਸਾਰੀ ਚਲਾਈ ਕਹਿਣ ਲੱਗੇ ਵੀ ਚਲੋ ਚੱਲਦੇ ਫਿਰ ਅਸੀਂ ਜਿਹੜੇ ਇੱਥੇ ਨੂੰ ਆਉਣੇ ਵਾਲੇ ਸੀ ਇੱਥੇ ਆ ਗਿਆ ਕੋਈ ਸ਼ਾਸ ਕੇ ਚਲੇ ਗਏ ਉਹ ਉੱਥੇ ਦੇ ਸੀ ਅਸੀਂ ਇੱਥੇ ਆ ਗਿਆ ਕੋਈ ਮਜ਼ਬੂਰ ਹੋਣੀ ਆ ਉਹ ਉੱਥੇ ਚਲੇ ਗਏ ਕੁਝ ਪੰਜਾਬ ਚਲੇ ਗਏ ਪਿੰਡ ਬੜਾ ਸਾ ਪਿੰਡ ਜਿਹੜਾ ਸਾਡਾ ਤਾ ਉਹ ਬਹੁਤ ਬਹੁਤ ਬੜਾ ਸੀਗਾ ਇੰਨੇ ਪਿੰਡ ਨੂੰ ਕਿੱਦਾਂ ਮਾਰਦੇ ਨੇ ਉਹ ਆਬਦੂ ਦਾ ਕਰੀਜੇ ਵਾਲਾ ਅੱਛਾ ਉਹ ਇੱਥੇ ਮਰਿਆ ਕਰੀ ਆਬਦੂ ਕਿਆ ਆਪਣੇ ਤਾਜਗੜ੍ਹ ਮਰਿਆ ਆਬਦੂ ਉਹਦਾ ਘਰ ਇੱਥੇ ਹੀ ਆ ਆਬਦੂ ਦਾ ਮੈਂ ਇੱਥੋਂ ਗਿਆ ਦੇਖਣ ਜਾ ਕੇ ਜਨਾਜ਼ਾ ਪੜਿਆ ਬਾਹਰ ਇੱਧਰਲੇ ਪਾਸੇ ਕਬਰਾਂ ਉੱਧਰ ਗਿਆ ਧੰਨਵਾਦ ਹਿੰਦੂ ਹਿੰਦੂਆਂ ਨੂੰ ਮਾਰ ਦਿੰਦੇ ਅੱਛਾ ਜਿਹੜਾ ਪਿੰਡ ਦੇਖਣਾ ਨਾ ਉੱਥੇ 500-600 ਬੰਦਾ ਚੜਾ ਜਾਣਾ ਤਲਵਾਰਾਂ ਲੈ ਕੇ ਵੱਢਦੇ ਤੇ ਚੜਾ ਜਾਣਾ ਆ ਕਰੀਹਾ ਅੱਧਾ ਵੱਢ ਸਿੱਟਦਾ ਤਾ ਕਰੀਹਾ ਆਬਦੂ ਵਾਲਾ ਜਿਹੜਾ ਇੱਥੇ ਤਾਜਗੜ੍ਹ ਮਰਿਆ ਇਹ ਅੱਧਾ ਵੱਢ ਸਿੱਟਿਆ ਤਾ
ਸਾਡਾ ਪਿੰਡ ਊਂ ਜ਼ਿਆਦਾ ਸੀਗਾ 1100 ਆਦਮੀ ਨਿਕਲੇ ਤੇ ਸਾਡੇ ਪਿੰਡ ਬਣਾ ਕੇ ਵੀ 1100 ਬੰਦਾ ਬਾਹਰ ਆ ਗਿਆ ਅਤੇ ਸਿੱਖ ਨਾਲ ਪਿੰਡ ਦੇ ਵਿੱਚ ਆ ਬਣ ਚਾਰ ਚ ਫਿਰ ਬੰਦਾ ਹੀ ਬੰਦਾ ਖਾ ਗਿਆ ਤਲਵਾਰਾਂ ਲੈ ਕੇ ਉਹ ਫਿਰ ਪਾਸਾ ਕਰ ਗਏ ਅਤੇ ਸੱਟ ਤੇ ਲੈਣ ਦੇ ਨਹੀਂ ਹੁੰਦਾ ਫਿਰ ਹੁੰਦਾ ਤਾਂ ਇੱਕ ਅਬਦੁਲ ਮਾਨ ਉਹਦਾ 70 ਮਰਬਾ ਜ਼ਮੀਨ ਅਬਦੁਲ ਮਾਨ ਦਾ ਅਤੇ ਅਸੀਂ ਉਹਨੂੰ ਗਏ ਉੱਠ ਕੇ ਬਹਿ ਐਂ ਵੀ ਚੱਲੀਏ ਉਹ ਅਬਦੁਲ ਮਾਨ ਕਹਿਣ ਲੱਗਾ ਕਿ ਇੱਧਰ ਤਾਂ ਤੁਹਾਡੇ ਨਾਲ ਵੀ ਜ਼ਿਆਦਾ ਦੁਨੀਆ ਜਾਣ ਵਾਲੀ ਆ ਤੁਸੀਂ ਕਿੱਧਰ ਵੀ ਲੰਘੋਗੇ ਇੰਨੇ ਤੁਸੀਂ ਜਲੰਧਰ ਵੱਲ ਵੀ ਜਾਓ ਹੁਣ ਪਿੱਛੇ ਉੱਧਰ ਨੂੰ ਫਿਰ ਸਾਡੀ ਜਿਹੜੀ ਹੋਰ ਦੁਨੀਆ ਬੀਜੀ ਅਸੀਂ ਵੀ ਸਾਰੇ ਜਲੰਧਰ ਵੱਲ ਵੀ ਆਏ ਹਾਂ ਉਹ ਪਿੰਡੋਂ ਜਾਂ 12 ਮੀਲ ਆ ਗਏ ਤਾਂ ਸਾਡਾ ਬਾਪ ਟਾਪ ਚੜ੍ਹ ਗਿਆ ਅਜੇ ਪਿੰਡੋਂ 12 ਮੀਲ ਆਏ ਹਾਂ ਅਤੇ ਮੈਨੂੰ ਕਹਿੰਦਾ ਕਾਕਾ ਆਖੇ ਮੈਨੂੰ ਹੁੱਕਾ ਪੜਾ ਮੈਂ ਹੁੱਕਾ ਲੈ ਕੇ ਗਿਆ ਤਾਂ ਉਹ ਬੋਲੇ ਨਾ ਉਹ ਮੈਂ ਫਿਰ ਆਪਣੇ ਭਰਾ ਨੂੰ ਆਖ ਮਾਰਿਆ ਸਦੀਕ ਨੂੰ ਮੈਂ ਕਿਹਾ ਸਦੀਕ ਉਰੇ ਆਈ ਆ ਬਿੰਦ ਉਹ ਉੱਥੇ ਹੀ ਦੱਬਿਆ